गुड मॉर्निंग स्टूडेंट्स टुडे वी विल रीड चैप्टर 4 लाइब्रेरी लाइब्रेरी कविता दे कवि दा नाम सुलीनम मंड है इस विच कवि ने लाइब्रेरी दी मतलब बारे दसया है स्कूल मेरे दी लाइब्रेरी जिथे लगी ज्ञान दी ढेरी मेरे स्कूल दी लाइब्रेरी विच ज्ञान दी ढेरी लगी हुई है नविया नविया बड़ा पुस्तका पढन विच मैं करा ना देरी ਕਵੀ ਆਖਦਾ ਹੈ ਕਿ ਮੇਰੇ ਸਕੂਲ ਦੀ ਲਾਇਬ੍ਰੇਰੀ ਵਿੱਚ ਨਵੀਆਂ-ਨਵੀਆਂ ਪੁਸਤਕਾਂ ਹਨ ਜਿਸ ਨੂੰ ਪੜਨ ਵਿੱਚ ਪੜਨ ਲਈ ਮੈਂ ਰਤਾ ਵੀ ਦੇਰੀ ਨਹੀਂ ਕਰਦਾ ਮੀਨਸ ਥੋੜੀ ਜਿਹੀ ਵੀ ਦੇਰ ਨਹੀਂ ਕਰਦਾ ਆਪਣੇ ਸਾਥੀਆਂ ਨਾਲ ਮੈਂ ਅਕਸਰ ਚਾਈ-ਚਾਈ ਲਾਉਂਦਾ ਫੇਰੀ ਮੈਂ ਅਕਸਰ ਹੀ ਆਪਣੇ ਸਾਥੀਆਂ ਨਾਲ ਉੱਥੇ ਸ਼ੌਂਕ ਨਾਲ ਗੇੜੀ ਮਾਰਨ ਜਾਂਦਾ ਹਾਂ ਮੀਨਸ ਪੜਨ ਲਈ ਜਾਂਦਾ ਹਾਂ ਸਕੂਲ ਮੇਰੀ ਦੀ ਲਾਇਬ੍ਰੇਰੀ ਜਿੱਥੇ ਲੱਗੀ ਗਿਆਨ ਦੀ ਢੇਰੀ ਚੰਗੀਆਂ-ਚੰਗੀਆਂ ਗੱਲਾਂ ਸਿੱਖੇ ਸੋਚ ਬਣਾਉਣੀ ਹੋਰ ਚੰਗੇਰੀ ਹਰ ਰਚਨਾ ਮੇਰੇ ਮਨ ਨੂੰ 모ਹੇ ਛੋਟੀ ਹੋਵੇ ਭਾਵੇਂ ਲੰਬੇਰੀ ਚੰਗੀਆਂ ਚੰਗੀਆਂ ਗੱਲਾਂ ਸਿੱਖੇ ਸੋਚ ਬਣਾਉਣੀ ਹੋਰ ਚੰਗੇਰੀ ਚੰਗੇਰੀ ਮੀਨਸ ਵਧੀਆ ਮੀਨਸ ਸਕੂਲ ਦੀ ਲਾਇਬ੍ਰੇਰੀ ਵਿੱਚ ਪੁਸਤਕਾਂ ਪੜ੍ਹ ਕੇ ਮੈਂ ਆਪਣੀ ਸੋਚ ਨੂੰ ਹੋਰ ਵਧੀਆ ਬਣਾਉਣਾ ਹੈ ਹਰ ਰਚਨਾ ਮੇਰੇ ਮਨ ਨੂੰ 모ਹੇ ਛੋਟੀ ਹੋਵੇ ਭਾਵੇਂ ਲੰਬੇਰੀ ਮੀਨਸ ਜੋ ਇਸ ਵਿੱਚ ਪੁਸਤਕਾਂ ਮਿਲਦੀਆਂ ਹਨ ਲਾਇਬ੍ਰੇਰੀ ਵਿੱਚ ਉਸ ਦੀ ਹਰ ਇੱਕ ਰਚਨਾ ਮੇਰੇ ਮਨ ਨੂੰ ਚੰਗੀ ਲੱਗਦੀ ਹੈ ਮੀਨਸ ਮੇਰੇ ਮਨ ਨੂੰ ਮੋਹਦੀ ਹੈ ਭਾਵੇਂ ਉਹ ਛੋਟੀ ਹੋਵੇ ਜਾਂ ਲੰਬੀ ਹੋਵੇ ਸਕੂਲ ਮੇਰੇ ਦੀ ਲਾਇਬ੍ਰੇਰੀ ਜਿੱਥੇ ਲੱਗੀ ਗਿਆਨ ਦੀ ਢੇਰੀ ਜਿਸ ਨੂੰ ਸ਼ੌਂਕ ਪੜਨ ਦਾ ਪੈ ਜਾਏ ਪੜਨ ਲਈ ਉਸ ਕੋਲ ਵੇਲ ਬਥੇਰੀ ਵੇਲ ਮੀਨਸ ਖਾਲੀ ਸਮਾਂ ਬਥੇਰੀ ਬਹੁਤ ਪੁਸਤਕਾਂ ਦਿੰਦੀਆਂ ਚਾਨਣ ਸਾਨੂੰ ਅਗਿਆਨਤਾ ਵਾਲੀ ਰੋਕਣ ਢੇਰੀ ਸਕੂਲ ਮੇਰੇ ਦੀ ਲਾਇਬ੍ਰੇਰੀ ਜਿੱਥੇ ਲੱਗੀ ਗਿਆਨ ਦੀ ਢੇਰੀ ਕਵੀ ਆਖਦਾ ਹੈ ਕਿ ਜਿਸ ਨੂੰ ਵੀ ਪੜਨ ਦਾ ਸ਼ੌਕ ਪੈ ਜਾਂਦਾ ਹੈ ਉਸ ਉਸ ਕੋਲ ਪੜਨ ਲਈ ਬਹੁਤ ਜ਼ਿਆਦਾ ਸਮਾਂ ਹੁੰਦਾ ਹੈ ਪੁਸਤਕਾਂ ਦਿੰਦੀਆਂ ਚਾਨਣ ਸਾਨੂੰ ਮੀਨਸ ਪੁਸਤਕਾਂ ਜੋ ਹੁੰਦੀਆਂ ਹਨ ਉਹ ਸਾਨੂੰ ਰੌਸ਼ਨੀ ਦਿੰਦੀਆਂ ਹਨ ਅਤੇ ਅਗਿਆਨਤਾ ਨੂੰ ਦੂਰ ਕਰਦੀਆਂ ਹਨ ਸਕੂਲ ਮੇਰੇ ਦੀ ਲਾਇਬ੍ਰੇਰੀ ਜਿੱਥੇ ਲੱਗੀ ਗਿਆਨ ਦੀ ਢੇਰੀ ਵਾਂਸਵੰਨੀਆਂ ਤੱਕ ਪੁਸਤਕਾਂ ਮਨ ਨੂੰ ਭੌਂਦੀ ਲਾਇਬ੍ਰੇਰੀ ਸਕੂਲ ਮੇਰੇ ਦੀ ਲਾਇਬ੍ਰੇਰੀ ਜਿੱਥੇ ਲੱਗੀ ਗਿਆਨ ਦੀ ਢੇਰੀ ਇੱਥੇ ਤਰ੍ਹਾਂ ਤਰ੍ਹਾਂ ਦੀ ਵਾਂਸਵੰਨੀਆਂ ਮੀਨਸ ਤਰ੍ਹਾਂ ਤਰ੍ਹਾਂ ਦੀਆਂ ਪੁਸਤਕਾਂ ਹੈ ਜਿਸ ਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ ਮੀਨਸ ਮਨ ਖੁਸ਼ ਹੋ ਜਾਂਦਾ ਹੈ ਸਕੂਲ ਮੇਰੇ ਦੀ ਲਾਇਬ੍ਰੇਰੀ ਜਿੱਥੇ ਲੱਗੀ ਗਿਆਨ ਦੀ ਢੇਰੀ ਥੈਂਕ ਯੂ